ਸੜਕ ਵਿਚਾਲੇ ਉਦੋਂ ਚੀਕ ਚਿਹਾੜਾ ਮੱਚ ਗਿਆ ਜਦੋਂ ਸਿੱਧਾ ਚੱਲਦਾ ਚੱਲਦਾ ਇੱਕ ਟਿੱਪਰ ਬੇਕਾਬੂ ਹੋ ਕੇ ਗਲੀ ਵੱਲ ਜਾ ਵੜਿਆ। ਗਲੀ ਦੇ ਬਾਹਰ ਖੜੀ ਇੱਕ ਕਾਰ ਅਤੇ ਇੱਕ ਸ਼ਖਸ ਵੱਲ ਵਧਿਆ ਅਤੇ ਕਾਰ ਦੇ ਨਾਲ ਟਕਰਾ ਕੇ ਪਲਟ ਗਿਆ। ਇਹਨਾਂ ਨੇ ਇਸ ਪਲਟੇ ਹੋਏ ਟਿੱਪਰ ਦੇ ਵਿੱਚ ਸਾਹਮਣੇ ਆਉਂਦਾ ਇੱਕ ਹੋਰ ਟਿੱਪਰ ਤੇ ਇੱਕ ਪੰਜਾਬ ਰੋਡਵੇਜ਼ ਦੀ ਬੱਸ ਵੀ ਆ ਬੱਚੀ। ਇੱਕ ਤੋਂ ਬਾਅਦ ਇੱਕ ਵਾਹਨ ਆਪਸ 'ਚ ਟਕਰਾਏ ਤੇ ਇਹਨਾਂ ਦੇ ਧਮਾਕਿਆਂ ਦੀ ਆਵਾਜ਼ ਸੁਣ ਕੇ ਲੋਕ ਵੀ ਡਰ ਗਏ। ਟਿੱਪਰ ਪਲਟਿਆ ਦੇਖ ਲੋਕ ਤੁਰੰਤ ਭੱਜੇ ਆਏ ਅਤੇ ਜ਼ਖਮੀਆਂ ਦੀ ਮਦਦ ਕਰਨ ਲੱਗੇ। ਟਿੱਪਰ ਦੇ ਵਿੱਚ ਫਸੇ ਚਾਲਕ ਨੂੰ ਬਾਹਰ ਕੱਢਿਆ ਗਿਆ ਅਤੇ ਗੱਡੀ ਦੇ ਕੋਲ ਵੀ ਜੋ ਸ਼ਖਸ ਖੜਾ ਸੀ ਉਸਦਾ ਵੀ ਵਾਲ ਵਾਲ ਬਚਾਅ ਹੋਇਆ। ਗਨੀਮਤ ਇਹ ਰਹੀ ਹੈ ਕਿ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਨੇ ਕੁਝ ਚਾਲਕਾਂ ਨੂੰ, ਪਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸੜਕ ਤੇ ਸਾਹਮਣੇ ਇੱਕ ਗਲੀ ਦੇ ਬਾਹਰ ਸ਼ਖਸ ਖੜਾ ਹੈ ਤੇ ਇੱਕ ਕਾਰ ਖੜੀ ਹੈ। ਉਧਰੋਂ ਹੀ ਅਚਾਨਕ ਇੱਕ ਟਿੱਪਰ ਆਉਂਦਾ ਹੈ, ਬੇਕਾਬੂ ਹੋ ਕੇ ਸਿੱਧਾ ਉਸ ਗਲੀ ਵੱਲ ਵੱਧਦਾ ਹੈ, ਉਸ ਸ਼ਖਸ ਵੱਲ ਵੱਧਦਾ ਹੈ। ਸ਼ਖਸ ਪਿੱਛੇ ਹਟ ਜਾਂਦਾ ਹੈ ਤੇ ਖੜੀ ਕਾਰ ਦੇ ਵਿੱਚ ਟਿੱਪਰ ਜਾ ਕੇ ਵੱਜਦਾ ਹੈ ਤੇ ਨਾਲ ਹੀ ਪਲਟ ਜਾਂਦਾ ਹੈ। ਇਹਨੇ ਜੀ ਸਾਹਮਣੇ ਆ ਰਹੇ ਇੱਕ ਟਿੱਪਰ ਵੀ ਉਹਦੇ ਵਿੱਚ ਆ ਟਕਰਾਉਂਦਾ ਹੈ ਅਤੇ ਇੱਕ ਪੰਜਾਬ ਰੋਡਵੇਜ਼ ਦੀ ਬੱਸ ਵੀ ਉਹਨਾਂ ਦੇ ਵਿੱਚ ਜਾ ਟਕਰਾਉਂਦੀ ਹੈ। ਇੱਕ ਤੋਂ ਬਾਅਦ ਇੱਕ ਇਹ ਚਾਰ ਵਾਹਨ ਆਪਸ 'ਚ ਭਿੜਦੇ ਨੇ ਅਤੇ ਫਿਰ ਇੱਥੇ ਚੀਕ ਚਿਹਾੜਾ ਮੱਚ ਜਾਂਦਾ ਹੈ। ਬੱਸ ਦੇ ਵਿੱਚ ਵੀ ਸਵਾਰੀਆਂ ਮੌਜੂਦ ਸਨ। ਕਾਰ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਕੋਈ ਮੌਜੂਦ ਨਹੀਂ ਸੀ, ਜਿਸ ਕਰਕੇ ਬਚਾਅ ਹੋ ਗਿਆ ਹੈ। ਕਿਸੇ ਨੂੰ ਵੀ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਹੈ, ਸਿਰਫ ਟਿੱਪਰ ਚਾਲਕ ਜੋ ਟਿੱਪਰ ਪਲਟਿਆ ਹੈ ਉਸਦੇ ਚਾਲਕ ਨੂੰ ਹੀ ਸੱਟਾਂ ਲੱਗੀਆਂ ਨੇ, ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਵਾਪਰਿਆ, ਜਿੱਥੇ ਇੱਕ ਟਿੱਪਰ ਜੋ ਸਿੱਧਾ ਸੜਕ ਤੇ ਚੱਲ ਰਿਹਾ ਹੁੰਦਾ ਤਾਂ ਅਚਾਨਕ ਬੇਕਾਬੂ ਹੋ ਕੇ ਇੱਕ ਸਾਈਡ ਨੂੰ ਜਾਣ ਲੱਗਦਾ ਹੈ, ਇੱਕ ਗਲੀ ਦੇ ਬਾਹਰ ਖੜੇ ਸ਼ਖਸ ਵੱਲ ਵੱਧਦਾ ਹੈ। ਉੱਥੇ ਇੱਕ ਕਾਰ ਖੜੀ ਹੁੰਦੀ ਹੈ, ਪਹਿਲਾਂ ਤੇ ਟਿੱਪਰ ਇਸ ਕਾਰ ਦੇ ਵਿੱਚ ਜਾ ਵੱਜਦਾ ਹੈ ਅਤੇ ਪਲਟ ਜਾਂਦਾ ਹੈ। ਫਿਰ ਸਾਹਮਣੇ ਆਉਂਦਾ ਦੂਜਾ ਟਿੱਪਰ ਵੀ ਉਸ ਵਿੱਚ ਆ ਟਕਰਾਉਂਦਾ ਹੈ ਤੇ ਉਧਰੋਂ ਪੰਜਾਬ ਰੋਡਵੇਜ਼ ਦੀ ਬੱਸ ਵੀ ਇਸ ਟਿੱਪਰ ਦੇ ਨਾਲ ਟਕਰਾ ਜਾਂਦੀ ਹੈ। ਗਨੀਮਤ ਰਹੀ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਉਸ ਟਾਈਮ ਚੀਕ ਚਿਹਾੜਾ ਜ਼ਰੂਰ ਮਚਿਆ ਹੈ, ਜਿਸ ਨੂੰ ਸੁਣ ਕੇ ਲੋਕ ਵੀ ਭੱਜੇ ਆਏ ਅਤੇ ਉਹਨਾਂ ਦੀ ਮਦਦ ਕਰਨ ਲੱਗੇ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਮੌਕੇ ਤੇ ਸੜਕ ਸੁਰੱਖਿਆ ਫੋਰਸ ਵੀ ਪਹੁੰਚੀ ਅਤੇ ਉੱਥੋਂ ਰਸਤਾ ਕਲੀਅਰ ਕਰਵਾਇਆ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਸਾਫ਼ ਨਹੀਂ ਹੋਇਆ ਹੈ ਕਿ ਆਖਿਰ ਇਹ ਟਿੱਪਰ ਬੇਕਾਬੂ ਕਿਵੇਂ ਹੋਇਆ, ਪਰ ਇੱਥੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ, ਨਹੀਂ ਤਾਂ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਸੀ, ਜਾਨਾਂ ਵੀ ਜਾ ਸਕਦੀਆਂ ਸੀ। ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਮੈਂ ਸਵਾਰੀ ਚੁੱਕ ਕੇ ਤੁਰ ਚੱਲਿਆ ਸੀਗਾ, ਅਜੇ ਜਿਹੜੀ ਪਿੱਛੋਂ ਗੱਡੀ ਆ ਰਹੀ ਸੀਗੀ ਮੇਰੇ ਬਰਾਬਰ ਇੱਕ, ਉਹ ਮੈਨੂੰ ਕ੍ਰੋਸ ਕਰ ਰਹੀ ਸੀਗੀ। ਮੈਂ ਆਪਦੀ ਲਾਈਨ 'ਚ ਜਾ ਰਿਹਾ ਸੀ, ਅਜੇ 30-35 ਸਪੀਡ 'ਤੇ ਉੱਧਰੋਂ ਗੱਡੀ ਆਈ ਆਊਟ ਆਫ ਕੰਟਰੋਲ ਹੋ ਕੇ, ਉਹਨੇ ਆ ਕੇ ਪਹਿਲਾਂ ਇਹਨੂੰ ਟੱਕਰ ਮਾਰੀ ਫਿਰ ਮੇਰੀ ਬੱਸ 'ਚ ਲੱਗੀ। ਕਰੀਬ 'ਤੇ ਸਾਨੂੰ ਫੋਨ ਰਾਹਗੀਰ ਨੇ ਫੋਨ ਕੀਤਾ ਜੀ ਕਿ ਖੁੱਡੇ ਦੇ ਲਾਗੇ ਕੋਈ ਵਾਹਨ ਟਕਰਾ ਗਿਆ ਜੀ, ਗੱਡੀਆਂ 'ਚ ਗੱਡੀਆਂ ਵੱਜ ਗਈਆਂ ਜੀ। ਜਦੋਂ ਅਸੀਂ ਇੱਥੇ ਆਏ ਤਾਂ 4 ਗੱਡੀਆਂ ਦਾ ਟਾਕਰਾ ਹੋਇਆ ਸੀਗਾ ਜੀ ਆਪਸ ਵਿੱਚ। ਜਦੋਂ ਅਸੀਂ ਡਰਾਈਵਰ ਨੂੰ ਪੁੱਛਿਆ ਵੀ ਕੀ ਗੱਲ ਹੋਈ ਹੈ ਤਾਂ ਡਰਾਈਵਰ ਕਹਿੰਦਾ ਜੀ ਮੀਂਹ ਪੈਂਦਾ ਸੀਗਾ, ਮੀਂਹ ਦੇ ਵਿੱਚ ਸਾਨੂੰ ਮੈਨੂੰ ਕੋਈ ਪਤਾ ਨਹੀਂ ਚੱਲਿਆ ਵੀ ਕੀ ਹੋ ਗਿਆ ਜੀ, ਜਾਂ ਮੇਰੇ ਤੋਂ ਸਟੇਅਰਿੰਗ ਘੁੰਮ ਗਿਆ ਜੀ। ਮੈਂ ਇੱਧਰ ਨੂੰ ਖਾਲੀ ਜਗ੍ਹਾ ਦੇਖੀ, ਖਾਲੀ ਜਗ੍ਹਾ ਦੀ ਵਜ੍ਹਾ ਨਾਲ ਮੈਂ ਇੱਧਰ ਨੂੰ ਮੋੜ ਦਿੱਤੀ ਜੀ। ਉੱਧਰੋਂ ਆਪਣੇ ਟਾਂਡੇਵਾਲ ਤੋਂ ਕੈਂਟਰ ਆਉਂਦਾ ਸੀਗਾ ਉਹਦੇ ਨਾਲ ਟਕਰਾ ਗਿਆ ਜੀ। ਕਾਰ ਆਲਰੇਡੀ ਪਹਿਲੇ ਖੜੀ ਸੀਗੀ ਜੀ ਇੱਥੇ, ਉਹ ਕੈਂਟਰ ਟਰੱਕ ਕਾਰ ਦੇ ਉੱਤੇ ਪੈ ਗਿਆ ਸੀ। ਪਿੱਛੇ ਰੋਡਵੇਜ਼ ਦੀ ਬੱਸ ਆਉਂਦੀ, ਜਦੋਂ ਰੋਡਵੇਜ਼ ਦੀ ਬੱਸ ਨੇ ਦੇਖਿਆ ਕਿ ਕੈਂਟਰ ਗੱਡੀਆਂ ਆਪਸ ਵਿੱਚ ਵੱਜ ਗਈਆਂ, ਉਹਨੇ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ, ਫਿਰ ਵੀ ਥੋੜ੍ਹੀ ਜਿਹੀ ਉਦੋਂ ਗੱਡੀ ਜਿਹੜੀ ਹੈ ਕੈਂਟਰ ਦੇ ਨਾਲ ਟਕਰਾ ਗਈ ਪਿੱਛੇ ਡਾਲੇ ਦੇ ਨਾਲ, ਜਿਹੜਾ ਕਿ ਕਿਸੇ ਨੂੰ ਵੀ ਕੋਈ ਚੋਟ ਨਹੀਂ ਆਈ, ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਅਸੀਂ ਫਸਟ ਏਡ ਦੇ ਕੇ ਦੋ ਨੂੰ ਹੋਸਪਿਟਲ ਟਾਂਡੇ ਪਜਾਇਆ ਅਤੇ ਉਹਨਾਂ ਨੂੰ ਫਸਟ ਏਡ ਦੇ ਕੇ। ਟੋਟਲ ਕਿੰਨੀਆਂ ਗੱਡੀਆਂ ਲੱਗੀਆਂ ਜੀ? 4 ਗੱਡੀਆਂ ਲੱਗੀਆਂ।